ਅਸੀਂ ਸਰਕਾਰੀ ਸਕੂਲ ਧਾਮਕੋਟ ਦੇ ਅੱਠਵੀਂ ਕਲਾਸ ਦੇ ਵਿਦਿਆਰਥੀ ਤੁਹਾਡੇ ਸਾਹਮਣੇ ਖਿੱਚਵਣ ਦੀ ਕਿਸਮਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ। ਇਸ ਕਿਸਮ ਦੀ ਖੇਤੀ ਵਿਚ ਭਾਰਤ ਵਿਚ ਅੰਗਰੇਜ਼ਾਂ ਦੁਆਰਾ 19ਵੀਂ ਸਦੀ ਵਿਚ ਸ਼ੁਰੂ ਕੀਤੀ ਗਈ। ਬਾਗਾਤੀ ਖੇਤੀ ਵਿਚ ਫਸਲ ਨੂੰ ਬਾਗ ਦੇ ਰੂਪ ਵਿਚ ਲਗਾਇਆ ਜਾਂਦਾ ਹੈ ਅਤੇ ਵੱਡੇ ਪੱਧਰ ਤੇ ਖੇਤੀ ਕੀਤੀ ਜਾਂਦੀ ਹੈ। ਉਦਾਹਰਣ ਦੇ ਤੌਰ ਤੇ ਚਾਹ, ਕਾਫੀ, ਨਾਰੀਅਲ, ਰਬੜ ਆਦਿ ਦੇ ਬਾਗ ਲਗਾਏ ਜਾਂਦੇ ਹਨ। ਬਾਗਾਂ ਤੋਂ ਸਾਨੂੰ ਕਈ ਸਾਲਾਂ ਤੱਕ ਫਸਲ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਕਿਸਮ ਦੀ ਖੇਤੀ ਨੂੰ ਲਾਹੇਵੰਦ ਖੇਤੀ ਮੰਨਿਆ ਜਾਂਦਾ ਹੈ। ਜਦੋਂ ਕਿਸਾਨਾਂ ਕੋਲ ਜ਼ਮੀਨਾਂ ਦਾ ਆਕਾਰ ਬਹੁਤ ਵੱਡਾ ਹੋਵੇ ਇਸ ਜਾਂ ਖੇਤੀ ਮਸ਼ੀਨਾਂ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਖੇਤੀ ਨੂੰ ਵਿਸ਼ਾਲ ਖੇਤੀ ਕਿਹਾ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ ਜਿੱਥੇ ਖੇਤਾਂ ਦਾ ਆਕਾਰ ਬਹੁਤ ਵੱਡਾ ਹੈ ਇਸ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ। ਦਿੱਲੀ ਵਿੱਚ ਜ਼ਿਆਦਾ ਵਰਖਾ ਵਾਲੇ ਭਾਗਾਂ ਵਿੱਚ ਇਸ ਕਿਸਮ ਦੀ ਖੇਤੀ ਕੀਤੀ ਜਾਂਦੀ ਹੈ। ਇਹੋ ਜਿਹੇ ਇਲਾਕਿਆਂ ਵਿੱਚ ਸਿੰਚਾਈ ਸਾਧਨਾਂ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਏਸ਼ੀਆ ਦਾ ਦੱਖਣ ਪੂਰਬੀ ਹਿੱਸਾ ਜਿੱਥੇ ਜ਼ਿਆਦਾ ਵਰਖਾ ਹੁੰਦੀ ਹੈ। ਭਾਰਤ ਵਿੱਚ ਪੱਛਮੀ ਬੰਗਾਲ, ਉੜੀਸਾ ਅਤੇ ਦੱਖਣ ਭਾਰਤ ਵਰਖਾ ਵਾਲੇ ਦੇਸ਼ਾਂ ਵਿੱਚ ਇਸ ਕਿਸਮ ਦੀ ਖੇਤੀ ਕੀਤੀ ਜਾਂਦੀ ਹੈ। ਜਿਨ੍ਹਾਂ ਇਲਾਕਿਆਂ ਵਿੱਚ ਵਰਖਾ 50 ਸੈਂਟੀਮੀਟਰ ਤੋਂ ਘੱਟ ਹੁੰਦੀ ਹੈ ਉੱਥੇ ਇਸ ਕਿਸਮ ਦੀ ਖੇਤੀ ਕੀਤੀ ਜਾਂਦੀ ਹੈ। ਜ਼ਿਆਦਾਤਰ ਦਾਲਾਂ, ਜੌਂ, ਮੱਕੀ ਇਸ ਕਿਸਮ ਦੀ ਖੇਤੀ ਵਿੱਚ ਬੀਜੀਆਂ ਜਾਂਦੀਆਂ ਹਨ। ਸੰਸਾਰ ਦਾ ਮਾਰੂਥਲੀ ਭਾਗ ਜਿਨ੍ਹਾਂ ਵਿੱਚ ਰਾਜਸਥਾਨ ਵੀ ਸ਼ਾਮਲ ਹੈ, ਜ਼ਿਆਦਾਤਰ ਇੱਥੇ ਕੁਛ ਖੇਤੀ ਹੀ ਕੀਤੀ ਜਾਂਦੀ ਹੈ। ਸੰਘਣੀ ਖੇਤੀ, ਜਦੋਂ ਥੋੜ੍ਹੀ ਜ਼ਮੀਨ ਵਿੱਚ ਜਾਂ ਖਾਦਾਂ ਅਤੇ ਸਿੰਚਾਈ ਦੀ ਪੂਰੀ ਵਰਤੋਂ ਨਾਲ ਜ਼ਿਆਦਾ ਝਾੜ ਲਾਇਆ ਜਾਂਦਾ ਹੈ ਉਸਨੂੰ ਸੰਘਣੀ ਖੇਤੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਇਸੇ ਕਿਸਮ ਦੀ ਖੇਤੀ ਕੀਤੀ ਜਾਂਦੀ ਹੈ। ਬਾਗਵਾਨੀ ਖੇਤੀ ਬਾਗਾਂ ਵਿੱਚ ਉਗਾਈ ਜਾਂਦੀ ਹੈ। ਇਸ ਕਿਸਮ ਦੀ ਖੇਤੀ ਵਿੱਚ ਫੁੱਲ, ਸਬਜ਼ੀਆਂ, ਫੁੱਲਾਂ ਦੇ ਬੀਜਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਖੇਤੀ ਲੋਕਾਂ ਲਈ ਬਹੁਤ ਲਾਹੇਵੰਦ ਹੁੰਦੀ ਹੈ। ਉਹ ਖੇਤੀ ਸਹਿਕਾਰੀ ਸੰਸਥਾ ਦੇ ਤਰੀਕੇ ਨਾਲ ਹੁੰਦੀ ਹੈ। ਸਾਰੇ ਕਿਸਾਨ ਇਸ ਸੰਸਥਾ ਦੇ ਮੈਂਬਰ ਹੁੰਦੇ ਹਨ। ਆਪੋ ਆਪਣੀ ਜ਼ਮੀਨ 'ਤੇ ਖੇਤੀ ਕਰਦੇ ਹਨ। ਫਸਲਾਂ ਵੇਚਣ ਦਾ ਪ੍ਰਬੰਧ ਸਹਿਕਾਰੀ ਸੰਸਥਾ ਦੇ ਹੱਥਾਂ ਵਿੱਚ ਹੁੰਦਾ ਹੈ। ਜਗਤ ਸੈਨਾ ਕੋਲ ਜ਼ਮੀਨਾਂ ਘੱਟ ਹੁੰਦੀਆਂ ਹਨ। ਉਹ ਆਪਣੇ ਗੁਜ਼ਾਰੇ ਬੰਦੀ ਖੇਤੀ ਕਰਦੇ ਹਨ। ਉਹਨਾਂ ਜ਼ਮੀਨਾਂ ਤੋਂ ਫਸਲਾਂ ਕਰਕੇ ਉਹਨਾਂ ਨੂੰ ਮੰਡੀ ਵਿੱਚ ਨਹੀਂ ਵੇਚਦੇ। ਉਹ ਆਪਣੀਆਂ ਆਰਥਿਕ ਅਤੇ ਸਮਾਜਿਕ ਲੋੜਾਂ ਪੂਰੀਆਂ ਕਰਨ ਲਈ ਇਹ ਫਸਲਾਂ ਉਗਾਉਂਦੇ ਹਨ। ਜੇਕਰ ਫਸਲਾਂ ਦਾ ਕੁਝ ਹਿੱਸਾ ਵੇਚਦੇ ਵੀ ਹਨ ਤਾਂ ਉਹ ਆਪਣਾ ਗੁਜ਼ਾਰਾ ਚਲਾਉਂਦੇ ਹਨ। ਇਸ ਕਿਸਮ ਦੀ ਖੇਤੀ ਵਿੱਚ ਕਿਸਾਨ ਇਸਦਾ ਖੁਦ ਮਾਲਕ ਹੁੰਦਾ ਹੈ। ਇਸ ਤੋਂ ਹੋਣ ਵਾਲੇ ਖਾਦਾਂ ਜਾਂ ਯੰਤਰਾਂ ਦਾ ਕੰਟਰੋਲ ਕਿਸਾਨ ਦੇ ਆਪਦੇ ਹੱਥ ਵਿੱਚ ਹੁੰਦਾ ਹੈ। ਇਸ ਤੋਂ ਹੋਣ ਵਾਲੀ ਆਮਦਨ ਕਿਸਾਨ ਦੀ ਨਿੱਜੀ ਆਮਦਨ ਹੁੰਦੀ ਹੈ।